ਜਾਰੀ ਸੀ ਕਿ ਜਦੋਂ ਜਿਸ ਥਾਂ ਤੇ ਇਸਨੇ ਇੱਕ ਪਿਸਟਲ ਲੁਕੋਈ ਸੀਗੀ ਤੇ ਇਸ ਗੈਂਗਸਟਰ ਨੇ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਏਜੀਟੀਐਫ ਟੀਮ ਨੂੰ ਫਾਇਰ ਕਰਨਾ ਪਿਆ ਇਸ ਨੂੰ ਕਸਟਡੀ ਤੋਂ ਭੱਜਣ ਤੋਂ ਰੋਕਣ ਲਈ ਫਾਇਰਿੰਗ ਦੇ ਵਿੱਚ ਗੈਂਗਸਟਰ ਦੇ ਦੋਵੇਂ ਲੱਤਾਂ ਦੇ ਵਿੱਚ ਗੋਲੀ ਲੱਗੀ ਹੈ ਹੀ ਹੈਸ ਬੀਨ ਇੰਜਰਡ ਜਿਸਾ ਹਪੋਵਾਲ ਯੂਐਸ ਬੇਸਡ ਸੋਨੂ ਖੱਤਰੀ ਦੇ ਗੈਂਗ ਦਾ ਐਕਟਿਵ ਮੈਂਬਰ ਹੈ ਅਤੇ 6 ਮਰਡਰਸ ਦੇ ਵਿੱਚ ਇਨਵੋਲਡ ਹੈ ਅਸੀਂ ਇਨਸੀਡੈਂਟ ਦੀ ਫੋਰੈਂਸਿਕਲੀ ਤੇ ਸੈਂਟੀਫਿਕਲੀ ਜਾਂਚ ਕਰ ਰਹੇ ਹੈਗੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚ ਗਈ ਹੈ ਪੰਜਾਬ ਪੁਲਿਸ ਇਸ ਫੁਲੀ ਕਮਿਟਿਡ ਟੂ ਫਾਈਟ ਅਗੇਂਸਟ ਆਰਗੇਨਾਈਜ਼ਡ ਕਰਾਈਮ ਐਸ ਪਰ ਡਾਇਰੈਕਸ਼ਨਸ ਆਫ ਚੀਫ ਮਿਨਿਸਟਰ ਭਗਵੰਤ ਮਾਨ ਜੀ ਅੱਜ ਮੁਹਾਲੀ ਡਿਸਟ੍ਰਿਕਟ ਵਿੱਚ ਏਜੀਟੀਐਫ ਦੀ ਟੀਮ ਗੈਂਗਸਟਰ ਜੱਸਾ ਹੈਪੋਵਾਲ ਨੂੰ ਲੈ ਕੇ ਰਿਕਵਰੀ ਲਈ ਜਾ ਰਹੀ ਸੀ ਕਿ ਜਦੋਂ ਜਿਸ ਥਾਂ ਤੇ ਇਸ ਨੇ ਇੱਕ ਪਿਸਟਲ ਕੋਈ ਸੀਗੀ ਤੇ ਇਸ ਗੈਂਗਸਟਰ ਨੇ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਐਜੀਟੀਐਫ ਟੀਮ ਨੂੰ ਫਾਇਰ ਕਰਨਾ ਪਿਆ ਇਸ ਨੂੰ ਕਸਟਡੀ ਤੋਂ ਭੱਜਣ ਤੋਂ ਰੋਕਣ ਲਈ ਫਾਇਰਿੰਗ ਦੇ ਵਿੱਚ ਗੈਂਗਸਟਰ ਦੇ ਦੋਵੇਂ ਲੱਤਾਂ ਦੇ ਵਿੱਚ ਗੋਲੀ ਲੱਗੀ ਹੈ ਹੀ ਹੈਜ਼ ਬੀਨ ਇੰਜਰਡ ਇਹ ਜੱਸਾ ਹਪੋਵਾਲ ਯੂਐਸ ਬੇਸਡ ਸੋਨੂ ਖੱਤਰੀ ਦੇ ਗੈਂਗ ਦਾ ਐਕਟਿਵ ਮੈਂਬਰ ਹੈ ਅਤੇ 6 ਮਰਡਰਸ ਦੇ ਵਿੱਚ ਇਨਵੋਲਡ ਹੈ ਅਸੀਂ ਇਨਸੀਡੈਂਟ ਦੀ ਫੋਰੈਂਸਿਕਲੀ ਤੇ ਸੈਂਟੀਫਿਕਲੀ ਜਾਂਚ ਕਰ ਰਹੇ ਹੈਗੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚ ਗਈ ਹੈ ਪੰਜਾਬ ਪੁਲਿਸ ਇਸ ਫੁਲੀ ਕਮਿਟਿਡ to fight against organized crime as per directions of chief minister bhagwant maan ji aj mohali